ਚਲੋ ਸਰ ਅੱਜ ਜਿਹੜੀ ਤੁਹਾਨੂੰ ਅਸੀਂ ਚੀਜ਼ ਖਿਲਾ ਰਿਹਾ ਨਾ ਉਹਦਾ ਨਾਮ ਹੈਗਾ ਫਿਸ਼ ਐਂਡ ਚਿਪਸ। ਫਿਸ਼ ਐਂਡ ਚਿਪਸ, ਫਿਸ਼ ਦੀ ਚਿਪਸ, ਆਲੂਆਂ ਦੀ ਚਿਪਸ ਸੁਣੀ ਹੈ ਉਹ ਜੀ, ਕੀ ਸਭ ਫਿਸ਼ ਦੀ ਚਿਪਸ ਆ ਗਈ ਹੈ। ਫਿਸ਼ ਐਂਡ ਚਿਪਸ, ਉਹ ਕੀ ਮੱਛੀ ਦੀ ਚਿਪਸ ਬਣਾਈ? ਫਿਸ਼ ਐਂਡ ਚਿਪਸ, ਫਿਸ਼ ਐਂਡ ਚਿਪਸ, ਫਿਸ਼ ਐਂਡ ਚਿਪਸ, ਕਿਆ ਬਾਤ ਹੈ। ਜਦੋਂ ਵੀ ਮੈਂ ਖਾਧਾ ਪਾਪੜਾ ਦੇ ਖਾਧੇ ਨੇ ਜਾਂ ਚਿਪਸ ਖਾਧੀ ਹੈ ਤਾਂ ਆਲੂਆਂ ਦੀ ਖਾਧੀ ਹੈ। ਫਿਸ਼ ਤਾਂ ਹੋ ਗਈ ਮੱਛੀ, ਐਂਡ ਚਿਪਸ, ਚਿਪਸ ਮੱਛੀ ਦੇ ਨਾਲ ਚਿਪਸ। ਸਾਡੇ ਮੁਹੱਲੇ ਵਿੱਚ ਹੈਗਾ ਵੀ ਇੱਕ ਫਿਸ਼ ਸਾਈ ਸਰਕਾਰ, ਮੱਛੀ ਦੇ ਨਾਲ ਚਿਪਸ, ਯਾਨੀ ਕਿ ਇੱਕ ਪਾਸੇ ਮੱਛੀ ਇੱਕ ਪਾਸੇ ਚਿਪਸ, ਤੇ ਚਿਪਸ ਦਾ ਜ਼ਾਇਕਾ ਅਲੱਗ ਆਏਗਾ, ਮੱਛੀ ਦਾ ਅਲੱਗ ਆਏਗਾ। ਫਿਸ਼ ਕਿਹਨੂੰ ਕਹਿੰਦੇ ਤੁਸੀਂ? ਫਿਸ਼ ਅਸੀਂ ਕਹਿੰਦੇ ਹਾਂ ਮੱਛੀ ਨੂੰ, ਅਤੇ ਚਿਪਸ ਜਿਹੜੀ ਉਹ ਤਾਂ ਚਿਪਸ ਜਿਹੜੀ ਹੁੰਦੀ ਅਸੀਂ ਖਾਂਦੇ ਹਾਂ, ਬੱਚੇ ਅਕਸਰ ਖਾਂਦੇ ਨੇ। ਉਹ ਮੱਛੀ ਗ੍ਰਿਲ ਕੀਤੀ ਹੋਈ ਹੈ ਜਾਂ ਤਲੀ ਹੋਈ ਹੈ, ਰੋਸਟ ਕੀਤੀ ਹੋਈ ਹੈ? ਫਰਾਈ ਕੀਤੀ ਹੋਈ ਹੈ। ਫਰਾਈ ਕੀਤੀ ਹੋਈ, ਉਹਦੇ 'ਚ ਕੰਡੇ ਬੜੇ ਬੜੇ, ਜੁੱਤੀ ਪਾ ਕੇ ਮੱਛੀ ਖਾਣੀ ਪੈਣੀ। ਚਿਪਸ ਤਾਂ ਹੁੰਦੀ ਆਲੂਆਂ ਦੀ, ਅਤੇ ਮੱਛੀ ਜਿਹੜੀ ਹੈ ਉਹਦੇ ਨਾਲ ਜਾਂ ਰੋਟੀ ਜਾਂ ਨਾ ਨਹੀਂ ਖਾਓਗੇ। ਆਲੂਆਂ ਦੀ ਚਿਪਸ ਤਾਂ ਪਹਿਲੀ ਵਾਰੀ ਇਹ ਆ ਸੁਣਿਆ ਕਿ ਮੱਛੀ ਦੇ ਨਾਲ ਆਲੂਆਂ ਦੀ ਚਿਪਸ ਖਾਣੀ। ਬਾਹਰ ਦੇ ਮੁਲਕਾਂ 'ਚ ਉਹ ਫਿਸ਼ ਦੇ ਨਾਲ ਚਿਪਸ ਖਾਂਦੇ ਆ। ਫਿਸ਼ ਦੇ ਨਾਲ ਚਿਪਸ ਖਾਂਦੇ ਨੇ, ਫਿਸ਼ ਐਂਡ ਚਿਪਸ, ਕਿਆ ਬਾਤ ਹੈ ਯਾਰ, ਕਿਆ ਡਿਸ਼ ਦਾ ਨਾਮ ਰੱਖਿਆ। ਇਹ ਫਿਸ਼ ਹੋ ਗਈ, ਇਹ ਚਿਪਸ ਹੋ ਗਈ, ਹੈ ਮੈਂ ਜੋੜ ਕੇ ਸਭਨਾ ਹੈ ਫਿਸ਼ ਔਰ ਚਿਪਸ। ਪਤਾ ਥੱਲੋਂ ਵੀ ਸੜਕ ਨਿਕਲ ਰਹੀ, ਉੱਤੋਂ ਵੀ ਪੁੱਲ ਜਾ ਰਿਹਾ, ਕਿੰਨੀ ਅੱਛੀ ਗੱਲ ਹੈ। ਵਾਹ ਜੀ ਵਾਹ, ਕਿਆ ਬਾਤ, ਫਿਸ਼ ਐਂਡ ਚਿਪਸ। ਅੱਛਾ, ਹੁਣ ਹੁਣ ਪਤਾ ਲੱਗ ਗਿਆ ਕਿ ਇਹਦਾ ਨਾਮ ਫਿਸ਼ ਐਂਡ ਚਿਪਸ ਕਿਉਂ ਰੱਖਿਆ, ਕਿਉਂਕਿ ਉਹ ਫਿਸ਼ ਜਿਹੜੀ ਨਾ ਆਲੂਆਂ ਦੇ ਵਾਂਗੂ ਕੱਟੀ ਹੋਈ ਹੈ। ਸ਼ਾਇਦ ਮੇਰੇ ਜਿਹੜਾ ਜ਼ਿਹਨ ਕਰ ਰਿਹਾ ਕਿ ਇਸੇ ਵਜ੍ਹਾ ਨਾਲ ਇਹਦਾ ਨਾਮ ਰੱਖਿਆ ਗਿਆ ਫਿਸ਼ ਐਂਡ ਚਿਪਸ। ਇਹ ਜਿਹੜੀ ਹੈ ਨਾ ਮੱਛੀ ਜੀ, ਇਹ ਬੜੀ ਖੁਸ਼ਕ ਮੱਛੀ ਹੈ, ਬੇਸਣ ਬੂਸਣ ਲਾ ਕੇ ਇਹਨੂੰ ਤਲਿਆ। ਸਾਡੇ ਹੱਥੇ ਜਿਹੜੀ ਮੱਛੀ ਬਣਦੀ ਹੈ ਨਾ, ਉਹ ਕਈ ਤਰ੍ਹਾਂ ਦੀ ਵੈਸੇ ਬਣਦੀ, ਜਿਹੜੀ ਤਲੀ ਹੋਈ ਹੁੰਦੀ ਉਹਦੇ 'ਤੇ ਬਹੁਤ ਜ਼ਿਆਦਾ ਘਿਓ ਹੁੰਦਾ, ਨਾਲ ਨਿੰਬੂ ਵੀ ਦਿੱਤੇ ਨੇ। ਕਿਆ ਬਾਤ, ਮੱਛੀ ਤਾਂ ਵੈਸੇ ਹੀ ਇਸ ਮੌਸਮ ਦੇ ਵਿੱਚ ਖਾਣਾ ਬੜਾ ਮਜ਼ਾ ਆਉਂਦਾ। ਪਰ ਕਮਾਲ ਮੱਛੀਆਂ ਤਾਂ ਖਾਧੀਆਂ ਨੇ ਅਸੀਂ ਇੱਥੇ ਜਿਹੜੀਆਂ ਹੈਗੀਆਂ ਨੇ, ਲੇਕਿਨ ਇਹ ਚੀਜ਼ ਤਾਂ ਕਮਾਲ ਹੀ ਗਈ। ਅਤੇ ਕੋਸ਼ਿਸ਼ ਇਹ ਕਰਿਆ ਕਰੋ ਕਿ ਤਲੀ ਹੋਈ ਮੱਛੀ ਘੱਟ ਖਾਓ, ਜ਼ਿਆਦਾ ਜਿਹੜੀ ਇਹ ਕੋਲਿਆਂ 'ਤੇ ਜਿਹੜੀ ਬਣਾਈ ਹੁੰਦੀ ਮੱਛੀ ਹੈ ਨਾ, ਉਹ ਬਿਹਤਰ ਰਹਿੰਦੀ ਹੈ, ਹਾਰਟ ਦਾ ਮਰੀਜ਼ ਵੀ ਖਾ ਸਕਦਾ ਉਹਨੂੰ। ਅੱਛਾ ਜੀ, ਇਹ ਜਿਹੜੇ ਆਲੂ ਬਾਦਸ਼ਾਹ ਨੇ, ਇਹ ਤਾਂ ਫਿਰ ਬਟਾਲੂ, ਇਹ ਤਾਂ ਅਸੀਂ ਖਾਂਦੇ ਹੀ ਨਹੀਂ ਹਾਂ, ਚਿਪਸ ਕਰਦੇ ਹਾਂ। ਵੈਸੇ ਅਸੀਂ ਇਹਦੀ ਭੁਜੀਵਾ ਬੜੀ ਸ਼ੌਕ ਨਾਲ ਬਣਾਉਂਦੇ ਹਾਂ, ਹਾਂਡੀ ਵਗੈਰਾ ਬਣਾਉਂਦੇ ਹਾਂ, ਔਰ ਹਰ ਹਾਂਡੀ 'ਚ ਹਰ ਸਬਜ਼ੀ ਆਲੂ ਪਾਉਂਦੇ ਹਾਂ। ਹਾਂ, ਰੋਟੀ ਵੀ ਲੈ ਕੇ ਆਓ ਯਾਰ, ਇੱਕ ਨਾਨ ਜਾਂ ਰੋਟੀ ਫੜ ਲਿਆ ਉੱਥੇ, ਐਂ ਮੱਛੀ ਉੱਤੇ ਰੱਖ ਕੇ, ਉਹ ਸਲਾਦ ਨਹੀਂ ਉਹ ਰਾਇਤਾ ਜਿਹਾ। ਜਦੋਂ ਦਿਲ ਕਰੇ ਨਾ ਥੋੜ੍ਹਾ ਖਟਾਸ ਖੱਟਾ ਮਿੱਠਾ ਕੰਮ ਹੋਣਾ ਚਾਹੀਦਾ, ਨਿੰਬੂ ਨਿਚੋੜੇ ਕਤਰਾ ਪਾਓ ਵਿੱਚ ਦਿਆ। ਹਾਏ ਹਾਏ ਹਾਏ, ਯਾਰ ਉਹਨਾਂ ਦੀ ਫਿਸ਼ ਕੰਡੇ ਨਹੀਂ ਹੁੰਦੇ, ਸਾਡੇ ਫਿਸ਼ ਕੰਡੇ ਬਹੁਤ ਜ਼ਿਆਦਾ ਹੁੰਦੇ, ਪਰ ਕੀ ਚੱਕਰ ਹੈ? ਮੱਛੀ ਸਿਰਫ ਨਮਕ ਲੱਗਾ, ਜਾਂ ਤਾਂ ਮੱਛੀ ਦਾ ਆਪਣਾ ਨਮਕ ਜਾਂ ਬੇਸਣ ਦੇ ਵਿੱਚ ਮਿਕਸ ਕੀਤਾ ਗਿਆ। ਇਹੀ ਅਗਰ ਡਿਸ਼ ਸਾਡੇ ਇੱਥੇ ਹੁੰਦੀ ਨਾ, ਇਹਦੇ ਨਾਲ ਭਾਈ ਰੋਟੀ ਵੀ ਉਹਨਾਂ ਦੇ ਦੇਣੀ ਸੀ, ਚਟਨੀਆਂ ਵੀ ਮਿਲਣੀਆਂ ਸੀ। ਲੇਕਿਨ ਮੈਂ ਖੁਸ਼ ਇਸ ਲਈ ਨਾ, ਤੁਸੀਂ ਚੀਜ਼ਾਂ ਖਾਂਦੇ ਸਹੀ, ਕਿ ਜਿਹੜੀ ਚੀਜ਼ ਜ਼ਰੂਰਤ ਹੈ ਉਹੀ ਖਾਓ। ਜ਼ੈਕਾ ਬਿਹਤਰੀਨ ਹੈਗਾ ਜੀ ਇਹਦਾ, ਨਾ ਮਿਰਚ ਤੇਜ਼ ਹੈ ਨਾ ਹੌਲੀ ਹੈ, ਦਰਮਿਆਨੀ ਜਿਹੀ ਮਿਰਚ ਹੈ ਇਹਦੀ। ਫਿਸ਼ ਵੀ ਗਰਮ, ਆਲੂ ਵੀ ਗਰਮ। ਮੇਰਾ ਦਿਲ ਕਰ ਰਿਹਾ ਮੈਂ ਰੋਟੀ ਮੰਗਾਵਾਂ ਬਾਹਰੋਂ,
ਉੱਤੇ ਰੱਖ ਕੇ ਖਾਵਾਂ, ਬੜਾ ਮਜ਼ਾ ਆਇਆ। ਸਾਡੇ ਹਰ ਖਾਣੇ ਦੇ ਨਾਲ ਰੋਟੀ, ਕੋਈ ਵੀ ਖਾਣਾ ਹੈ ਨਾ, ਇੰਜ ਲੁੱਖਾ ਨਹੀਂ ਖਾਧਾ ਜਾਂਦਾ। ਇੰਜ ਕਿਸੇ ਮਹਿਮਾਨ ਅੱਗੇ ਵੀ ਰੱਖਦੇ ਹਾਂ, ਉਹ ਕਹਿਣਗੇ ਯਾਰ ਇਹ ਕੀ ਕੀਤਾ ਇਹਨਾਂ ਨੇ, ਰੋਟੀ ਵੀ ਨਹੀਂ ਦਿੱਤੀ ਸਾਨੂੰ, ਮੱਛੀ ਖਵਾ ਕੇ ਘੱਲ ਦਿੱਤਾ। ਬਾਕੀ ਇਹ ਹੈ ਕਿ ਜ਼ੈਕਾ ਦਾ ਵੈਸੇ ਇਹੋ ਜਿਹਾ ਹੀ ਆ ਰਿਹਾ ਜੀ ਕਿ ਜਦੋਂ ਵਿਆਹ ਵਾਲੇ ਘਰ ਬੰਦਾ ਜਾ ਕੇ ਖਾਣਾ ਖਾਂਦਾ ਨਾ, ਉਹ ਬੜਾ ਅੱਛਾ ਬਿਹਤਰੀਨ ਖਾਣਾ ਬਣਾਇਆ ਹੁੰਦਾ ਹੈ, ਅਤੇ ਕੁਛ ਉਹੋ ਜਿਹਾ ਹੀ ਜ਼ੈਕਾ ਇਹਦਾ ਆ ਰਿਹਾ ਜੀ। ਫਿਸ਼ ਦਾ ਜ਼ੈਕਾ ਵੇਖ ਜਨਾਬ, ਜਿਵੇਂ ਅਸੀਂ ਕਬਾਬ ਜਾਂ ਭੁੰਨਦੇ ਹਾਂ, ਫਰਾਈ ਕਰਦੇ ਹਾਂ, ਫਿਰ ਬੇਸਣ ਲਾ ਕੇ ਜਿਵੇਂ ਰੱਖਦੇ ਹਾਂ, ਉਹ ਨਮਕੀਨ ਟੈਪ ਕਈ ਲੋਕ ਜਿਹੜੇ ਨੇ ਮੱਛੀ ਦੇ ਤੇਲ ਨਾਲ ਕੈਪਸੂਲ ਵੀ ਬਣਾਉਂਦੇ ਨੇ, ਇਹਦੀ ਚਰਬੀ ਕੱਢ ਕੇ ਉਹਦਾ ਤੇਲ ਕੱਢ ਲੈਂਦੇ ਨੇ। ਇਹ ਮੱਛੀ ਫਿੱਕੀ ਫਿੱਕੀ ਹੈ ਨਾ, ਹਲਕੀ ਜਿਹੀ ਨਮਕੀਨ ਹੈ, ਅਤੇ ਸਾਡੇ ਮੱਛੀਆਂ 'ਤੇ ਮਸਾਲੇ ਭੁੰਨ ਵਿੱਚ 352 ਕਰਕੇ ਅਤੇ ਮੱਛੀ ਤਲਦੇ ਨੇ, ਖਾਣ ਵਾਲੇ ਦੇ ਵੀ ਕੰਨਾਂ 'ਚ ਧੂੰਆਂ ਨਿਕਲ ਜਾਂਦਾ। ਵੈਸੇ ਇਹ ਗੱਲ ਹੈ ਕਿ ਜਨਾਬ ਇਹ ਆਈਟਮ ਹੈ ਠੰਡ ਦੀ, ਜਿਵੇਂ ਠੰਡ ਦੀ ਇਫਤਦਾ ਹੋ ਰਹੀ ਹੈ, ਨਾਲ ਨਾਲ ਮੱਛੀ ਖਾਂਦਾ, ਮੈਂ ਕਹਿੰਦਾ ਠੰਡ ਨੇੜੇ ਨਾ ਲੱਗੇ ਸਾਡੇ, ਆਰਾਮ ਦੇ ਨਾਲ ਮਾਸ਼ਾਅੱਲਾ ਕਿਲੋ ਡੇਢ ਕਿਲੋ ਆਰਾਮ ਨਾਲ ਖਾਈਆਂ, ਇਕੱਲਾ ਹੀ ਅਸੀਂ ਮਜ਼ੇਦਾਰ ਬਣੀ, ਬੜੇ ਪਿਆਰ ਨਾਲ ਖਾਣਾ। ਸਾਡੀ ਮੱਛੀ ਜਿਹੜੀ ਅਸੀਂ ਜ਼ਿਆਦਾ ਘਰਾਂ 'ਚ ਖਾਂਦੇ ਹਾਂ ਨਾ, ਉਹ ਖਾਂਦੇ ਅਸੀਂ ਮਸਾਲੇ 'ਚ, ਹਾਂਡੀ 'ਚ ਪਕਾ ਕੇ ਸ਼ੋਰਬੇ ਵਾਲੀ। ਮੱਛੀ ਨੂੰ ਇਕੱਲਾ ਤਾਂ ਇੰਨੀ ਕੁ ਕੁਵਤ ਦਿੱਤੀ, ਇੰਨੀ ਕੁ ਕੁਵਤ ਇਹਦੇ ਪੈਦਾ ਕੀਤੀ, ਇਹਦਾ ਇੰਨਾ ਕਲੰਟ ਹੈਗਾ, ਇਹਦਾ ਮੱਛੀ ਖਾਧੀ ਹੋਇਆ ਤਾਂ ਜਨਾਬ ਪਸੀਨੋ ਪਸੀਨਾ ਹੋ ਜਾਂਦਾ ਬੰਦਾ, ਇਹਦਾ ਕੰਡਾ ਹੀ ਨਹੀਂ ਹੈਗਾ, ਹਜੇ ਤੱਕ ਤਾਂ ਨਜ਼ਰ ਨਹੀਂ ਆਇਆ। ਕਿੰਨੇ ਅੱਛੀ ਸਫਾਈ ਕਰਕੇ ਉਹਨੇ ਮੱਛੀ ਬਣਾਈ। ਜੇ ਬਦਾਮ ਹੁੰਦਾ, ਕੋਈ ਖੁਸ਼ਬੂ ਮੱਛੀ ਦੀ, ਕੋਈ ਸਮੈਲ ਨਹੀਂ ਆ ਰਹੀ। ਜ਼ਿਆਦਾ ਕੋਸ਼ਿਸ਼ ਕਰੀਦੀ ਕਿ ਮੱਛੀ ਦੇ ਸਿਰੇ ਇਸਤੇਮਾਲ ਕਰੀਏ, ਕਿਉਂਕਿ ਮੱਛੀ ਦੀ ਸਾਰੀ ਤਾਕਤ ਇਹਦੇ ਸਿਰ 'ਚ ਹੀ ਹੁੰਦੀ ਹੈ। ਇਹ ਸਾਡੀ ਗੱਲ ਯਾਦ ਰੱਖਣਾ, ਇਹਦਾ ਸਿਰ ਜਿਹੜਾ ਨਾ ਉਹ ਬੜੀ ਤਾਕਤ ਵਾਲੀ ਸ਼ੈ, ਉਹਦਾ ਸੂਪ ਪੀਓ। ਫਿਰ ਮੱਛੀ ਫਿਸ਼ ਖਾਣ, ਦੇਖੋ ਜੀ ਇਹ ਵੱਡਾ ਕੋਸ਼ਿਸ਼ ਖਾਂਦੇ, ਅਕਸਰ ਦੰਦਾਂ 'ਚ ਫਸ ਜਾਂਦਾ ਛੋਟਾ, ਇਹ ਦੰਦਾਂ ਵੀ ਨਹੀਂ ਜੇ ਫਸਦਾ, ਹਜ਼ਮ ਵੀ ਛੇਤੀ। ਯਾਰ ਮੱਛੀ ਨੂੰ ਕੱਟੇ ਕੱਟਿਆ ਕਿੰਜੇ, ਕੰਢੇ ਕਿੱਧਰ ਗਏ, ਇਹ ਹੈਰਾਨਗੀ ਵਾਲੀ ਗੱਲ ਹੈ। ਵੈਸੇ ਤੁਹਾਡੇ ਸਾਹਮਣੇ ਮੱਛੀ ਪਈ ਹੈ, ਤੁਸੀਂ ਇੰਜ ਉਹਦੀ ਉਂਗਲ ਇੰਜ ਖੋਭਣੀ ਹੈ, ਜੇ ਤਾਂ ਉਂਗਲ ਖੁੱਭ ਜਾ ਉਹਦੇ 'ਚ, ਬਹੁਤਾ ਜ਼ੋਰ ਨਹੀਂ ਲਾਉਣਾ ਐਵੇਂ ਥੋੜ੍ਹਾ ਜਿਹਾ, ਅਤੇ ਉਹ ਮੱਛੀ ਨਹੀਂ ਤੁਸੀਂ ਖਰੀਦਣੀ। ਜਿਹੜੇ ਤੁਸੀਂ ਇੰਜ ਉਂਗਲ ਲਾਓ ਤਾਂ ਤੁਹਾਨੂੰ ਮਹਿਸੂਸ ਹੋਵੇ ਸਖਤ ਹੈਗੀ ਹੈ, ਹਮੇਸ਼ਾ ਉਹ ਮੱਛੀ ਖਰੀਦੋ, ਉਹ ਮੱਛੀ ਠੀਕ ਹੋਏਗੀ। ਆਲੂਆਂ ਦਾ ਵੀ ਫਾਇਦਾ, ਮੱਛੀ ਦਾ ਵੀ ਫਾਇਦਾ, ਕੈਸੀਆਂ ਦੋਨੋਂ ਚੀਜ਼ਾਂ ਮਿਲੀਆਂ। ਬਾਕੀ ਇਹ ਖੂਬ ਮਜ਼ੇਦਾਰ ਮੱਛੀ ਹੈ ਜੀ, ਕਿਆ ਬਾਤ ਹੈ, ਮਜ਼ਾ ਬਿਹਤਰੀਨ ਮਜ਼ਾ ਆ ਰਿਹਾ। ਮੈਂ ਕਿਹਾ ਮੱਛੀ ਦਾ ਚਿਪਸ ਕੀ ਜੋ ਕਿਆ ਸਮਝਦੀਆਂ ਨੇ, ਮੱਛੀ ਦੇ ਵਿੱਚ ਨਾ ਕੰਡਾ ਨਾ ਇਹਦੀ ਚਟਨੀ ਦੀ ਲੋੜ ਹੈ, ਕਿ ਡਬੋ ਡਬੋ ਕੇ ਖਾਓ, ਅਤੇ ਆਲੂ ਵੀ ਬੜੇ ਮਜ਼ੇਦਾਰ ਨੇ। ਬਹੁਤ ਅੱਛਾ ਲੱਗਾ, ਬੜਾ ਮਜ਼ਾ ਆਇਆ ਫਿਸ਼ ਐਂਡ ਚਿਪਸ ਖਾਣ ਦਾ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣਾ ਬੈਲ ਆਇਕਨ ਦਬਾਓ, ਆਪਣੇ ਦੋਸਤਾਂ ਨੂੰ ਸ਼ੇਅਰ ਕਰੋ, ਅੱਛੇ ਅੱਛੇ ਖਾਣੇ ਖਾਓ, ਇੰਜੋਏ ਕਰੋ ਜ਼ਿੰਦਗੀ ਨੂੰ, ਸਾਨੂੰ ਇਜਾਜ਼ਤ ਦਿਓ, ਫਿਰ ਮਿਲਾਂਗੇ ਤੁਹਾਡੇ ਨਾਲ। ਅੱਲਾ ਹਾਫਿਜ਼।